ਵੀਰਾ ਜਾਗ ਬਈ ਹੁਣ ਜਾਗੋ ਆਈਆ, ਬੱਲੇ ਬਈ ਹੁਣ ਜਾਗੋ ਆਈਆ, ਚਾਵਾ ਬਈ ਹੁਣ ਜਾਗੋ ਆਈਆ। ਦਿਓਰਾ ਤੈਨੂੰ ਮੈਂ ਸਮਝਾਵਾਂ, ਬੇਲੀ ਬੈਨਾ ਮਤ ਗਵਾਵਾਂ, ਚੁੱਲ੍ਹਾ ਚੌਂਕਾ ਕਰਦੀ ਜਾਵਾਂ, ਨਾਲ ਨਾਲ ਮੈਂ ਪੜ੍ਹਦੀ ਜਾਵਾਂ, ਬੇਬੇ ਪਾਪੂ ਆਈਆ ਬਈ ਹੁਣ ਜਾਗੋ ਆਈਆ। ਕੋਈ ਨਾ ਗਹਿਣਾ ਮੇਰੇ ਮਾਪਿਆਂ ਨੇ ਪਾਇਆ, ਕੋਈ ਨਾ ਗਹਿਣਾ ਮੇਰੇ ਮਾਪਿਆਂ ਨੇ ਪਾਇਆ, ਕੁਝ ਨਾ ਮੈਂ ਤੇਥੋਂ ਹੁਣ ਲੈਣਾ, ਮੁੰਡੇ ਆਵੇ ਮੇਰੇ ਕੋਲ ਲੈਣਾ, ਮੁੰਡੇ ਆਵੇ ਮੇਰੇ ਕੋਲ ਲੈਣਾ, ਮੁੰਡੇ ਆਵੇ ਮੇਰੇ ਕੋਲ। ਕੁੜੀਓ ਜਾਂਜੀ ਪੜ੍ਹਿਆਂ ਦੀ ਸੱਦਣੀ, ਜੇ ਕੁੜੀਓ ਜਾਨੀ ਪੜ੍ਹਿਆਂ ਦੀ ਸੱਦਣੀ, ਕਾਲ ਜਾਂਦੀ ਕਰ ਲੋ ਪੜ੍ਹਾਈ ਕੁੜੀਓ ਨੀ ਜਾਨੇ ਹੈਲੋ ਹੈਲੋ ਨੀ ਜਾਨੇ ਹੈਲੋ। ਥੋੜੇ ਤਾਂ ਪੈਸੇ ਦੇ ਦੋ, ਬੱਚੇ ਦੁੱਧ ਜੋਗੇ ਤਾਂ ਦੇ ਦੋ। ਨਹੀਂ ਆ ਮੇਰੇ ਕੋਲ, ਇੱਕ ਵਾਰ ਕਹਦਾ ਦੋ ਵਾਰ ਕਹਦਾ, ਖਬਰਦਾਰ ਜੇ ਮੁੜ ਕੇ ਆਈ ਆ ਇੱਥੇ। ਪੜ੍ਹੀ ਲਿਖੀ ਐ? ਨਹੀਂ ਬਾਈ ਜੀ। ਗਿਣਤੀ ਆਉਂਦੀ ਐ? ਨਹੀਂ ਬਾਈ ਜੀ। ਇਸ ਦਾ ਪੜ੍ਹੇ ਲਿਖਿਆਂ ਦਾ ਕੰਮ ਐ। ਮੈਨੂੰ ਕਿੰਨਾ ਤੇਜ਼ ਬੁਖਾਰ ਐ, ਤੁਸੀਂ ਇਹਨੂੰ ਤੋਂ ਪਹਿਲਾਂ ਘੁੰਮ ਦਿਓ। ਲਾਲਾ ਮੈਂ ਪਜੇ ਵੇਚਣ ਆਈ ਆ। ਪਜੇਬ ਲਿਆ ਵੇਖਾਂ, ਤੂੰ ਲੈ ਜਾ 130 ਰੁਪਏ, ਪਰ ਐਂ ਕਰ ਪਹਿਲਾਂ ਅੰਗੂਠਾ ਲਾ ਦੇ। ਜੀ ਅੱਜ ਤੁਸੀਂ ਨਾ ਆਉਂਦੇ, ਅੱਜ ਮੇਰੀ ਰੋਸ਼ਨ ਦੀ ਜਾਨ ਨੂੰ ਬਚਣੀ ਸੀ। ਉਹ ਸਭ ਤਾਂ ਠੀਕ ਹੈ ਪੂਨਮ, ਪਰ ਤੂੰ ਅੱਜ ਆਪਣੀ ਅਨਪੜ੍ਹਤਾ ਦੀ ਵਜ੍ਹਾ ਕਰਕੇ ਆਪਣਾ ਬੱਚਾ ਵੀ ਖੋ ਸਕਦੀ ਸੀ। ਤੂੰ ਇਸ ਗੱਲ ਨੂੰ ਜਾਣਦੀ ਹੈ? ਸਰਕਾਰ ਨੇ ਪੜ੍ਹਾਈ ਲਿਖਾਈ ਲਈ ਬਹੁਤ ਨਵੀਆਂ ਸਕੀਮਾਂ ਸ਼ੁਰੂ ਕੀਤੀਆਂ, ਤੂੰ ਕਿਉਂ ਨਹੀਂ ਸਾਖਰਤਾ ਸਕੂਲ ਵਾਲਾ ਸ਼ੁਰੂ ਕਰ ਦਿੰਦੀ? ਠੀਕ ਹੈ ਭੈਣ ਜੀ, ਉਹੀ ਅਨਪੜ੍ਹਤਾ ਦੀ ਵਜ੍ਹਾ ਤੋਂ ਮੈਂ ਰੋਸ਼ਨ ਦੇ ਪਾਪਾ ਗਵਾ ਗਏ। ਦੇਖੋ ਹਜੇ ਵੀ ਸਾਡੇ ਸਾਖਰਤਾ ਦੇ ਜਿਹੜੇ ਹੈਗੇ, ਇਹਦਾ ਹਜੇ ਕੰਮ ਅਧੂਰਾ ਹੈ। ਹਜੇ ਵੀ ਕਈ ਅਨਪੜ੍ਹ ਭਾਈ ਭੈਣ ਆਪਣੇ 'ਚ ਨਹੀਂ ਪੜ੍ਹਨ ਆ ਰਹੇ, ਇਸ ਕਰਕੇ ਸਾਖਰਤਾ ਵਾਲੇ ਇੱਕ ਜਾਗੋ ਕੱਢ ਰਹੇ ਹਾਂ, ਜਿਸ 'ਚ ਅਸੀਂ ਆਪਣੀ ਸਾਖਰਤਾ ਦਾ ਪ੍ਰਚਾਰ ਕਰਾਂਗੇ। ਮੈਂ ਤਾਂ ਸਿਲਾਈ ਸੈਂਟਰ ਜਾਂਦੀ ਹਾਂ, ਮੈਨੂੰ ਤਾਂ ਪਤਾ ਲੱਗ ਗਿਆ, ਤੁਹਾਨੂੰ ਵੀ ਦੱਸ ਰਹੀ ਹਾਂ, ਤੁਸੀਂ ਵੀ ਘਰ ਜਾ ਕੇ ਆਂਢ ਗੁਆਂਢ 'ਚ ਦੱਸਣਾ ਕਿ ਸਾਖਰਤਾ ਵਾਲੇ ਜਾਗੋ ਕੱਢ ਰਹੇ ਨੇ, ਜਾਗੋ ਦਾ ਪ੍ਰਚਾਰ ਹੋ ਰਿਹਾ। ਇਹਦੇ ਨਾਲ ਕੀ ਹੋਏਗਾ, ਜਿਹੜੇ ਅਨਪੜ੍ਹ ਲੋਕ ਨੇ ਜਿਹਨਾਂ ਨੂੰ ਨਹੀਂ ਪਤਾ, ਉਹ ਆਪਣੇ ਨਾਲ ਆਉਣਗੇ, ਕੁਛ ਸਿਲਾਈ ਸੈਂਟਰ 'ਚ ਕੰਮ ਕਰਨ ਜਾਣਗੇ, ਕੁਛ ਪੜ੍ਹਨ ਆਉਣਗੇ, ਕੁਛ ਹੋਰ ਕੰਮ ਕਰਨਗੇ, ਠੀਕ ਹੈ ਨਾ? ਅਤੇ ਇਸ ਕਰਕੇ ਆਪਾਂ ਜਾਗੋ 'ਚ ਵੱਧ ਚੜ੍ਹ ਕੇ ਆਪਾਂ ਹਿੱਸਾ ਲੈਣਾ, ਠੀਕ ਹੈ ਨਾ? ਸਾਰਿਆਂ ਨੇ ਆਸੇ ਪਾਸੇ ਜਾ ਕੇ ਵੀ ਕਹਿ ਦੇਣਾ ਆਪਣੇ ਆਂਢ ਗੁਆਂਢ 'ਚ। ਬਈ ਹੁਣ ਜਾਗੋ ਆਈਆ, ਬੱਲੇ ਬਈ ਹੁਣ ਜਾਗੋ ਆਈਆ, ਚਾਵਾ ਬਈ ਹੁਣ ਜਾਗੋ ਆਈਆ। ਅਨਪੜ੍ਹ ਵੀਰਾ ਜਾਗ ਬਈ ਹੁਣ ਜਾਗੋ ਆਈਆ, ਬੱਲੇ ਬਈ ਹੁਣ ਜਾਗੋ ਆਈਆ, ਚਾਵਾ ਬਈ ਹੁਣ ਜਾਗੋ ਆਈਆ। ਅਨਪੜ੍ਹ ਵੀਰਾ ਜਾਗ ਬਈ ਹੁਣ ਜਾਗੋ ਆਈਆ, ਬੱਲੇ ਬਈ ਹੁਣ ਜਾਗੋ ਆਈਆ, ਚਾਵਾ ਬਈ ਹੁਣ ਜਾਗੋ ਆਈਆ। ਦਿਓਰਾ ਤੈਨੂੰ ਮੈਂ ਸਮਝਾਵਾਂ, ਬੇਲੀ ਬੈਨਾ ਗਵਾਵਾਂ, ਚੁੱਲ੍ਹਾ ਚੌਂਕਾ ਕਰਦੀ ਜਾਵਾਂ, ਨਾਲ ਨਾਲ ਮੈਂ ਪੜ੍ਹਦੀ ਜਾਵਾਂ, ਬੇਬੇ ਪਾਪੂ ਆਈਆ ਬਈ ਹੁਣ ਜਾਗੋ ਆਈਆ। ਜੇ ਕੁੜੀਓ ਜਾਂਜੀ ਪੜ੍ਹਿਆਂ ਦੀ ਸੱਦਣੀ, ਜੇ ਕੁੜੀਓ ਜਾਨੀ ਪੜ੍ਹਿਆਂ ਦੀ ਸੱਦਣੀ, ਕਾਲ ਜਾਂਦੀ ਕਰ ਲੋ ਪੜ੍ਹਾਈ ਕੁੜੀਓ ਨੀ ਜਾਨੇ ਹੈਲੋ ਹੈਲੋ ਨੀ ਜਾਨੇ ਹੈਲੋ ਹੈਲੋ ਕਰਦੀ ਆਉ ਕੁੜੀਓ ਨੀ ਜਾਨੇ ਹੈਲੋ ਹੈਲੋ ਕਰਦੀ ਆਉ ਕੁੜੀਓ ਨੀ ਜਾਨੇ ਹੈਲੋ ਹੈਲੋ ਕਰਦੀ। ਡੰਗਰ ਬੱਛਾ ਸਾਰਾ ਵੇਚਤਾ ਨਾਲੇ ਵੇਚਤੀ ਕੱਟੀ, ਡੰਗਰ ਬੱਛਾ ਸਾਰਾ ਵੇਚਤਾ ਨਾਲੇ ਵੇਚਤੀ ਕੱਟੀ, ਪੱਟੀ ਮੈਂ ਦਾਰੂ ਪੀਣਿਆ ਤੇਰੀ ਦਾਰੂ ਦੀ ਪੱਟੀ, ਪੱਟੀ ਮੈਂ ਦਾਰੂ ਪੀਣਿਆ ਮੈਂ ਤੇਰੀ ਦਾਰੂ ਨੇ ਪੱਟੀ, ਪੱਟੀ ਮੈਂ ਦਾਰੂ ਪੀਣਿਆ ਮੈਂ ਤੇਰੀ ਦਾਰੂ ਨੇ ਪੱਟੀ। ਅਨਪੜ੍ਹ ਵੀਰਾ ਜਾਗ ਬਈ ਹੁਣ ਜਾਗੋ ਆਈਆ, ਫੁੱਲ ਮਕੌੜੀ ਮੰਡੀ ਲੱਗਦੀ, ਫੁੱਲ ਮਕੌੜੀ ਮੰਡੀ ਲੱਗਦੀ, ਛੜਿਆਂ ਦਾ ਮੁਲਪਾਰੀ।
ਪਹਿਲੇ ਦਾ ਮੁੱਲ 5 ਰੁਪਏ ਦੂਜੇ ਦਾ ਮੁੱਲ ਭਾਰੀ ਨਹੀਂ ਬੈਠੇ ਰਹਿੰਦੇ ਨੇ ਕਾਟੇ ਦੇ ਵਪਾਰੀ ਨਹੀਂ ਬੈਠੇ ਰਹਿੰਦੇ ਨੇ ਕਾਟੇ ਦੇ ਵਪਾਰੀ ਨਹੀਂ ਬੈਠੇ ਰਹਿੰਦੇ ਨੇ ਕਾਟੇ ਦੇ ਵਪਾਰੀ ਨਹੀਂ ਬੈਠੇ ਰਹਿੰਦੇ ਅਨਪੜ੍ਹ ਦੀ ਰਾਜਾ ਬਈ ਹੁਣ ਜਾਗੋ ਆਇਆ ਬੱਲੇ ਬਈ ਹੁਣ ਜਾਗੋ ਆਓ ਸਾਰੇ ਰਲ ਕੇ ਆਪਾਂ ਇੱਕ ਪ੍ਰੋਗਰਾਮ ਲਾਈਏ। ਪ੍ਰੋਗਰਾਮ ਕੀ ਹੋਏਗਾ, ਜਦੋਂ ਸਾਡੇ ਕੋਲ ਸਾਡੇ ਦਿਨ 'ਚ ਸਾਡੇ ਕੋਲ ਵਿਹਲਾ ਸਮਾਂ ਹੁੰਦਾ, ਸਾਰੇ ਨੌਜਵਾਨ ਮੁੰਡੇ ਅਤੇ ਲੜਕੀਆਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਇੱਕ ਉਹਨਾਂ ਦੇ ਵਿੱਚ ਕਲਾ ਹੁੰਦੀ ਹੈ, ਉਹਨਾਂ ਨੂੰ ਇਕੱਠੇ ਕਰਕੇ ਇੱਕ ਕਲਾ ਜਥਾ ਬਣਾਈਏ। ਉਹ ਠੀਕ ਹੋਏਗਾ ਕਲਾ ਜਥਾ, ਉਹਦੇ ਵਿੱਚ ਅਸੀਂ ਛੋਟੇ ਛੋਟੇ ਨਾਟਕ ਜਿਹਦੇ ਵਿੱਚ ਸਿੱਖਿਆ ਹੋਏਗੀ, ਛੋਟੇ ਛੋਟੇ ਗੀਤ ਅਤੇ ਸਕਿੱਟਾਂ ਜਿੱਦਾਂ ਤੁਸੀਂ ਟੈਲੀਵਿਜ਼ਨ 'ਚ ਬਹੁਤ ਸੋਹਣੇ ਪ੍ਰੋਗਰਾਮ ਦੇਖਦੇ ਹੋ, ਉਹ ਸਾਰਾ ਕੁਛ ਕਿਉਂ ਨਾ ਆਪਾਂ ਸਾਰਾ ਤਿਆਰ ਕਰਕੇ ਕਲਾ ਜਥਾ ਬਣਾ ਕੇ ਅਸੀਂ ਉਹ ਸਾਰਾ ਤਿਆਰ ਕਰਕੇ ਪਿੰਡਾਂ ਦੀਆਂ ਗਲੀਆਂ 'ਚ ਪਿੰਡਾਂ ਦੇ ਸਾਂਝੇ ਥਾਵਾਂ 'ਤੇ ਸੜਕਾਂ ਦੇ ਉੱਤੇ ਜਾ ਕੇ ਜਦੋਂ ਅਸੀਂ ਉਹਨਾਂ ਸਾਰੇ ਅਨਪੜ੍ਹ ਲੋਕਾਂ ਨੂੰ ਪਿਛੜੇ ਹੋਏ ਲੋਕਾਂ ਨੂੰ ਦਿਖਾਵਾਂਗੇ ਤਾਂ ਉਹਨਾਂ ਨੂੰ ਸੱਚਮੁੱਚ ਪਤਾ ਲੱਗੇਗਾ। ਸਾਰੇ ਲੋਕ ਸੱਭਿਆਚਾਰਕ ਮਤਲਬ ਪ੍ਰੋਗਰਾਮ ਦੇਖਣ ਦੇ ਮਾਰੇ ਇਕੱਠੇ ਹੋਣਗੇ ਵਿਹਲੇ ਸਮੇਂ ਦੇ ਵਿੱਚ। ਉਸ ਸਮੇਂ 'ਤੇ ਸਾਡੇ ਡੀ ਸੀ ਸਾਹਿਬ ਨੇ, ਸਾਡੇ ਜ਼ਿਲ੍ਹੇ ਦੇ ਡੀ ਸੀ ਸਾਹਿਬ ਨੇ, ਏ ਡੀ ਸੀ ਸਾਹਿਬ ਨੇ ਅਤੇ ਐਸ ਡੀ ਐਮ ਸਾਹਿਬ ਨੇ ਪਿਛਲੇ ਹਫ਼ਤੇ ਇੱਕ ਬਹੁਤ ਵਧੀਆ ਸਾਰੇ ਜ਼ਿਲ੍ਹੇ ਦੇ ਅਫਸਰਾਂ ਨੂੰ ਇਕੱਠੇ ਕਰਕੇ ਇੱਕ ਮੀਟਿੰਗ 'ਚ ਫੈਸਲਾ ਕੀਤਾ। ਆਪਣਾ ਰੋਸ਼ਨ ਫਸਟ ਆਇਆ। ਓਹੋ, ਤਾਂ ਬਹੁਤ ਹੀ ਜ਼ਿਆਦਾ ਖੁਸ਼ੀ ਦੀ ਗੱਲ ਹੈ। ਤੁਹਾਡੇ ਵਾਸਤੇ ਮੈਂ ਲੱਡੂ ਵੀ ਰੱਖੇ ਨੇ, ਘਰ ਆਈਓ ਜ਼ਰੂਰ ਖਵਾਉਂਗੀ। ਅੱਛਾ ਅੱਛਾ, ਪੂਨਮ ਤੇਰੀ ਮਿਹਨਤ ਰੰਗ ਲੈ ਕੇ ਆਈ ਆ, ਤੂੰ ਇਹ ਸਾਬਤ ਕਰ ਦਿੱਤਾ। ਜੇ ਭੈਣ ਜੀ ਤੁਸੀਂ ਨਾ ਹੁੰਦੇ ਤਾਂ ਮੈਂ ਰੋਸ਼ਨ ਲੈ ਕੇ ਗਲੀਆਂ 'ਚ ਧੱਕੇ ਖਾਣੇ ਸੀ। ਨਹੀਂ ਪੂਨਮ, ਇਸ ਤਰ੍ਹਾਂ ਦੀ ਗੱਲ ਨਹੀਂ, ਪਰਮਾਤਮਾ ਨੇ ਸਭ ਨੂੰ ਜੋਸ਼ ਦੇ ਹੋਸ਼ ਦਿੱਤਾ। ਹਾਂ, ਕੋਈ ਇਹਦਾ ਇਸਤੇਮਾਲ ਕਰਦਾ ਤੇ ਕੋਈ ਨਹੀਂ ਕਰਦਾ। ਸਹੀ ਗੱਲ ਹੈ ਭੈਣ ਜੀ। ਹਾਂ ਪੂਨਮ, ਇਹ ਗੱਲਾਂ ਤਾਂ ਸੱਚ ਬਾਅਦ ਵਿੱਚ ਹੁੰਦੀਆਂ ਰਹਿਣਗੀਆਂ, ਮੈਂ ਤੇਰਾ ਦਰਅਸਲ ਇੱਕ ਗੱਲ ਕਰਨੀ ਸੀ। ਕੀ ਭੈਣ ਜੀ? ਉਹ ਜਿਹੜਾ ਤੂੰ ਲਾਲ ਸੂਟ ਬਣਾਇਆ ਸੀ ਨਾ ਉਸ ਦਿਨ, ਉਹ ਪੀਲੇ ਫੁੱਲਾਂ ਵਾਲਾ? ਹਾਂ ਹਾਂ ਹਾਂ, ਉਹੀ। ਉਹਦੇ 100 ਪੀਸਾਂ ਦਾ ਆਰਡਰ ਆਇਆ ਤੇ ਮਾਲ ਮੈਨੂੰ ਹਫ਼ਤੇ ਦੇ ਅੰਦਰ ਅੰਦਰ ਚਾਹੀਦਾ, ਤੂੰ ਤਿਆਰ ਕਰ ਦੇਂਗੀ? ਹਾਂਜੀ ਭੈਣ ਜੀ, ਹੋ ਜਾਏਗਾ। ਏਦਾਂ ਕਰ, ਤੂੰ 5-7 ਕੁੜੀਆਂ ਆਪਣੇ ਨਾਲ ਲਗਾ ਲੈ ਤੇ ਹੋਰ ਸਾਰੀ ਥੋੜੀਆਂ ਸਿਲਾਈਆਂ ਮਸ਼ੀਨਾਂ ਨਾਲ ਹੈ ਤੇ ਉਹਨਾਂ ਨਾਲ ਆਪਣਾ ਕੰਮ ਸ਼ੁਰੂ ਕਰ ਦੇ। ਠੀਕ ਹੈ ਭੈਣ ਜੀ। ਪਰ ਹਾਂ ਸੱਚ, ਉਹਦੇ ਲਈ ਤਾਂ ਤੈਨੂੰ ਥੋੜੇ ਪੈਸਿਆਂ ਦੀ ਵੀ ਜ਼ਰੂਰਤ ਹੋਣੀ ਹੈ ਨਾ। ਹਾਂਜੀ ਭੈਣ ਜੀ, ਉਹ ਕਿੱਥੋਂ ਆਣਗੇ? ਉਹ ਚੱਲ, ਤੂੰ ਪੈਸਿਆਂ ਦੀ ਚਿੰਤਾ ਵੀ ਛੱਡ, ਸਰਕਾਰ ਨੇ ਨਾ ਲਘੂ ਉਦਯੋਗ ਲਗਾਉਣ ਦੇ ਲਈ ਹੁਣ ਬਹੁਤ ਸਾਰੀਆਂ ਸਕੀਮਾਂ ਸ਼ੁਰੂ ਕੀਤੀਆਂ। ਮੈਂ ਇਸ ਤਰ੍ਹਾਂ ਕਰਦੀ ਹਾਂ, ਕੱਲ੍ਹ ਹੀ ਤੈਨੂੰ ਲੋਨ ਆਫਿਸਰ ਦੇ ਕੋਲ ਲੈ ਕੇ ਜਾਂਦੀ ਹਾਂ ਤੇ ਫਿਰ ਉੱਥੇ ਆਪਾਂ ਗੱਲਬਾਤ ਕਰਕੇ ਜਿਵੇਂ ਵੀ ਹੋਇਆ ਅੱਗੇ ਗੱਲ ਕਰਦੇ ਹਾਂ। ਠੀਕ ਹੈ, ਠੀਕ ਹੈ, ਠੀਕ ਹੈ। ਅੱਛਾ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਿੰਡ ਪਹਿਲਾਪੁਰ ਕਲਾਂ ਦੇ ਨਗਰ ਨਿਵਾਸੀਓ, ਤੁਸੀਂ ਜ਼ਿਲ੍ਹਾ ਸਾਖਰਤਾ ਸੰਮਤੀ ਨਵਾਂਸ਼ਹਿਰ ਵੱਲੋਂ ਅੱਜ ਆਪਣੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ। ਲਓ, ਇਸੇ ਲੜੀ ਨੂੰ ਜਾਰੀ ਰੱਖਦੇ ਹੋਏ ਅੱਜ ਦਾ ਪਹਿਲਾ ਨਾਟਕ ਉੱਜਲ ਭਵਿੱਖ, ਜੋ ਕਿ ਸਰਕਾਰੀ ਮਿਡਲ ਸਕੂਲ ਚਾੜਮਜਾਰਾ ਦੇ ਕਲਾ ਜਥੇ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਲਓ, ਇਸ ਨਾਟਕ ਦਾ ਆਨੰਦ ਮਾਣੋ। ਨਾਟਕ ਉੱਜਲ ਭਵਿੱਖ। ਓਏ, ਗੱਲ ਤਾਂ ਸੁਣ ਮੇਰੀ, ਗੱਲ ਤਾਂ ਸੁਣ ਮੇਰੀ, ਮੈਂ ਵੀ ਸਕੂਲੇ ਯਾਰ। ਹਾਏ, ਜੇ ਮੈਂ ਕਮਜ਼ੋਰ ਹਾਂ, ਆਂਗਹੀਣ ਹਾਂ, ਤਾਂ ਕੀ ਮੈਂ ਪੜ੍ਹ ਨਹੀਂ ਸਕਦਾ? ਮੇਰਾ ਕਸੂਰ ਕੀ ਹੈ? ਇਸਦਾ ਗੁਨਾਹਗਾਰ ਮੈਂ ਹਾਂ? ਐਸਾ ਕਿਉਂ? ਓਏ, ਕੀ ਹੋਇਆ ਤੈਨੂੰ? ਬੜਾ ਘਬਰਾਇਆ ਜਿਹਾ ਲੱਗਦਾ, ਸੋਚ ਕੇ। ਮੈਂ ਸਕੂਲ ਤੋਂ ਲੇਟ ਹੋ ਗਿਆ ਹਾਂ, ਮੇਰੇ ਨਾਲ ਦੇ ਛੱਡ ਕੇ ਭੱਜ ਗਏ। ਓਏ ਭਲਿਆ ਲੋਕਾ, ਅੱਜ ਕੱਲ ਦੇ ਜਮਾਨੇ 'ਚ ਕੌਣ ਕਿਸੇ ਨੂੰ ਨਾਲ ਲਾਉਂਦਾ? ਅੰਨੀ ਪੀਂਦੀ, ਕੁੱਤਾ
ਚੱਟਦਾ ਸੋਚ ਕੇ। ਮੈਂ ਪੜ੍ਹਨਾ ਚਾਹੁੰਦਾ ਹਾਂ, ਮੇਰਾ ਦਿਮਾਗ ਕਿਸੇ ਤੋਂ ਘੱਟ ਹੈ, ਮੇਰੇ ਦਿਲ ਵਿੱਚ ਉਮੰਗ ਹੈ, ਮਕਸਦ ਹੈ, ਨਿਸ਼ਾਨਾ ਹੈ ਜੋ ਪੂਰਾ ਕਰਨਾ ਚਾਹੁੰਦਾ ਹਾਂ। ਮੈਂ ਕੁਝ ਕਰਕੇ ਵਿਖਾਉਣਾ ਚਾਹੁੰਦਾ ਹਾਂ, ਮੈਂ ਕਿਸੇ ਤੇ ਬੋਝ ਨਹੀਂ ਬਣਨਾ ਚਾਹੁੰਦਾ। ਓਏ ਐਵੇਂ ਕੰਡਿਆਂ ਤੇ ਬਾਹਰ ਕਾਹਨੂੰ ਜਾਣਾ, ਐ ਦੱਸ ਮੈਂ ਤੇਰੀ ਕੀ ਮਦਦ ਕਰਾਂ ਸੋਚ ਕੇ। ਮੈਨੂੰ ਸਕੂਲ ਛੱਡ ਆ, ਮੈਂ ਅੱਗੇ ਲੇਟ ਹੋ ਗਿਆ ਹਾਂ, ਮਾਸਟਰ ਜੀ ਮਾਰਨਗੇ। ਓਏ ਕਿਉਂ? ਕਿਉਂਕਿ ਮੈਂ ਚੰਗਾ ਨਾਗਰਿਕ ਬਣਨਾ ਚਾਹੁੰਦਾ ਹਾਂ। ਓਏ ਉਹ ਕੀ ਹੁੰਦਾ? ਇੱਕ ਚੰਗਾ ਸਮਾਜ ਸੇਵਕ। ਹੱਦ ਹੋ ਗਈ, ਤੈਨੂੰ ਪਤਾ ਮੈਂ ਕਿਤੇ ਪੜ੍ਹਿਆ ਲਿਖਿਆ, ਤੂੰ ਮੇਰੇ ਨਾਲ ਅੰਗਰੇਜ਼ੀ ਘੋੜਦਾ। ਚੱਲ ਪਹਿਲਾਂ ਤੈਨੂੰ ਸਕੂਲ ਛੱਡ ਆਉਣਾ, ਵਿਹਲੇ ਟਾਈਮ ਕਰੂੰ ਤੇਰੇ ਨਾਲ ਚਾਰ ਗੱਲਾਂ ਸੋਚ ਕੇ। ਚਲੋ ਚਲੋ। ਓਏ ਤੈਂ ਤਾਂ ਮੈਨੂੰ ਵੀ ਸੁੱਟ ਲਿਆ, ਪਹਿਲਾਂ ਐ ਦੱਸ ਤੇਰਾ ਪਿਓ ਕਿੰਨਾ ਪੜ੍ਹਿਆ? ਜੀ ਅਨਪੜ੍ਹ ਹੈ। ਤੇਰਾ ਬਾਬਾ? ਜੀ ਬਿਲਕੁਲ ਅਨਪੜ੍ਹ। ਓਏ ਫੇਰ ਕੋਈ ਵੱਡਾ ਵਡੇਰਾ ਵੀ ਬਣਿਆ? ਜੀ ਪਤਾ ਨਹੀਂ। ਫਿਰ ਤੈਂ ਕਿਹੜੇ ਪੜ੍ਹ ਕੇ ਤਹਿਸੀਲਦਾਰ ਲੱਗਣਾ? ਜੀ ਮੈਂ ਅਨਪੜ੍ਹ ਨਾ ਰਹਿ ਕੇ ਚੰਗਾ ਇਨਸਾਨ ਬਣਾਂਗਾ। ਲੈ ਚੰਗਾ ਇਨਸਾਨ ਬਣਾਂਗਾ, ਆ ਲੈ ਚੁਟਕੀ, ਜੇ ਮੂੰਹ ਦੇ ਵਿੱਚ ਰੱਖਦੇ ਸਾਰ ਸਵਰਗ ਨਾ ਦਿਸਿਆ, ਅਮਲੀ ਨਾ ਕਹੀ, ਨਜ਼ਾਰਾ ਹੈ ਨਜ਼ਾਰਾ ਸੋਚ ਕੇ। ਨਹੀਂ ਨਹੀਂ ਭਾਜੀ ਮੈਂ ਇਹ ਨਹੀਂ ਖਾਂਦਾ। ਓਏ ਫੜਤਾ ਸਹੀ, ਜੇ ਬਿੱਲੀ ਦੇ ਬਲੂੰਗੜੇ ਵਾਂਗ ਸਾਡੇ ਮਗਰ ਮਗਰ ਨਾ ਘੁੰਮਿਆ, ਅਮਲੀ ਨਾ ਕਹੀ, ਐਵੇਂ ਨਹੀਂ ਫਿਰਦੇ, ਨਜ਼ਾਰਾ ਹੈ ਨਜ਼ਾਰਾ ਸੋਚ ਕੇ। ਨਹੀਂ ਨਹੀਂ ਭਾਜੀ ਮੈਂ ਤੇ ਸਕੂਲ ਹੀ ਜਾਣਾ ਹੈ। ਓਏ ਤਾਂ ਸਾਡੀ ਗੱਲ ਨਹੀਂ ਮੰਨਣੀ, ਪਹਿਲਾਂ ਤੇਰਾ ਫਾਹ ਵੱਢ ਕੇ ਆਣਾ, ਚੱਲ ਓਏ ਉੱਠ। ਸ਼ਾਬਾਸ਼। ਓਏ ਕੀ ਹੋਇਆ? ਓਏ ਤੇਰੇ ਤਾਂ ਮੱਥੇ ਤੇ ਬਹੁਤ ਖੂਨ ਵਗਦਾ, ਚੱਲ ਪਹਿਲਾਂ ਤੈਨੂੰ ਘਰ ਛੱਡ ਆਣਾ। ਇਹ ਸੀ ਨਾਟਕ ਗੁਜਲ ਭਵਿੱਖ ਦੀ ਪਹਿਲੀ ਚਾਕੀ, ਤੇ ਲਓ ਦੂਸਰੀ ਚਾਕੀ ਦਾ ਆਨੰਦ ਮਾਣੋ। ਬੁਆ ਅੱਜ ਸਾਲੀ ਬਹਿਜਾ ਬਹਿਜਾ ਹੋ ਗਈ, ਸਾਲੀ ਚੀਰਦੀ ਜਾਂਦੀ ਹੈ, ਅੱਗ ਲਾਉਂਦੀ ਜਾਂਦੀ ਆ, ਇਹਦੇ ਸਾਹਮਣੇ ਅੰਗਰੇਜ਼ੀ ਕੀ ਹੈ? ਬੁਆ ਸਰਪੰਚ ਜਿੰਦਾਬਾਦ। ਵੇ ਅੱਜ ਫੇਰ ਕਿਤੇ ਮੂੰਹ ਫੂਕ ਆਇਆ, ਵੇ ਤੂੰ ਤਾਂ ਕੰਮ ਨੂੰ ਗਿਆ ਸੀ, ਮੈਂ ਤਾਂ ਕਹਿਣੀ ਐ ਤੂੰ ਮਰ ਜਾ ਮਰ। ਦਾਰੋ ਮੈਨੂੰ ਪਤਾ ਤੇਰੀ ਆਕੜ 'ਚ ਨੌ ਨਹੀਂ ਕੁੱਬਦਾ, ਤੂੰ ਅੱਜ ਕੱਲ ਭੂਸਰੀ ਫਿਰਦੀ ਐ ਭੂਸਰੀ, ਮੈਨੂੰ ਤੇਰਾ ਦਿਮਾਗ ਠੀਕ ਕਰਨਾ ਪੈਣਾ, ਤੈ ਮੈਨੂੰ ਸਮਝਿਆ ਵਾ ਉਹ ਪਾਗਲ ਸਮਝਿਆ ਵਾ, ਮਰਦ ਐ ਮਰਦ, ਮੈਨੂੰ ਪਤਾ ਤੂੰ ਨੀ ਬੋਲਦੀ ਤੇਰੇ ਚ ਤੇਰਾ ਬੁਆ। ਇਹ ਮੈਨੂੰ ਦੱਸ ਕਰਕ ਜਾਣਿਆ ਡੁੱਬ ਜਾਣਿਆ ਤੂੰ ਗਿਆ ਕਿੱਥੇ ਸੀ? ਬਸ 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 ਕਰ ਤੂੰ ਤਾਰੋ, ਤੂੰ ਤਾਂ ਕੰਮ ਨੂੰ ਗਿਆ ਸੀ, ਜਾ ਚਲੀ ਆ ਭੁੱਖੇ ਘਰ ਦੀ ਚੜੇਲੇ, ਜਿੱਦਣ ਦੀ ਤੂੰ ਆਈ ਏ ਆ ਨੰਗ ਕਰਦਾ ਨੰਗ, ਸਾਡੀ ਬਣੀ ਬਣਾਈ ਤੈ ਖੂਹ ਚ ਪਾਤੀ। ਬਸ ਕਰ ਮੈਂ ਤਾਂ ਕਹਿਣੀ ਏ ਤੂੰ ਮਰ ਜਾ ਮਰ, ਇਸ ਘਰ ਵਿੱਚ ਜਦੋਂ ਦੀ ਮੈਂ ਆਈ ਆ ਇੱਥੇ ਲੀੜਾ ਨਾ ਲੀਤਾ, ਜਿਹੜਾ ਚੂਹੇ ਵੀ ਭੁੱਖੇ ਮਰਦੇ ਆ। ਤੈਨੂੰ ਨੀ ਪਤਾ ਅੱਜ ਸਾਰਾ ਦਿਨ ਖੁਸ਼ੀ ਮਨਾਣੀ ਆ ਖੁਸ਼ੀ, ਉਹ ਲੰਬੜਾ ਨੇ ਸਰਪੰਚੀ ਦੀ ਪਾਰਟੀ ਕੀਤੀ ਐ, ਤੂੰ ਐਵੇਂ ਵਿਆਹ ਵਿੱਚ ਹੱਪ ਸੋਗ ਜਿਹਾ ਪਾ ਕੇ ਬੈਠ ਗਈ। ਮੇਰਾ
ਮੇਰਾ ਤਾਂ ਪੁੱਤ ਅੱਗੇ ਹੀ ਅੰਗੇ ਨੇ। ਓਏ ਕੀ ਹੋਇਆ? ਮੈਂ ਸਵੇਰੇ ਸਕੂਲ ਤੋਂ ਲੇਟ ਹੋ ਗਿਆ, ਕਾਲੀ ਗਾੜੀ ਵਿੱਚ ਗਿਰ ਗਿਆ। ਓਏ ਜੇ ਬੱਚਿਆਂ ਦਾ ਇੰਨਾ ਹੀ ਸ਼ੌਂਕ ਹੈ ਤਾਂ ਉਹਨਾਂ ਦੀ ਸਿਹਤ ਤੇ ਪੜ੍ਹਾਈ ਦਾ ਵੀ ਖਿਆਲ ਰੱਖਿਆ ਕਰੋ। ਅਸੀਂ ਸਿਰੋਂ ਪੈਰੋਂ ਨੰਗੇ ਆ, ਸਾਰਿਆਂ ਨਾਲੋਂ ਚੰਗੇ ਆ, ਨਾ ਰੰਨ ਨਾ ਕੰਨ ਅਮਲੀ ਐਨ ਸਰਾਣੇ ਥੱਲੇ ਬਾਂਹ ਦੇ ਕੇ ਸੌਂਦਾ ਤੇ ਮਰਜ਼ੀ ਨਾਲ ਸਵੇਰ ਨੂੰ ਉੱਠਦਾ। ਸੋਚ ਗਈ ਉਹ ਅਮਲੀਆ, ਤੇਰੀ ਗੱਲ ਤਾਂ ਮੈਂ ਸਮਝਦਾ, ਪਰ ਮਹਿੰਗਾਈ ਦੇ ਜਮਾਨੇ 'ਚ ਆ ਬੱਚੇ ਪੜ੍ਹਾਉਣੇ ਕਿਹੜੇ ਸੌਖਾ ਕੰਮ ਆ। ਹਾਂ ਮੈਂ ਵੀ ਹਸਪਤਾਲ ਨੂੰ ਜਾਣਾ ਸੀ, ਆ ਜ਼ਹਿਰ ਖਾਣ ਲਈ ਵੀ ਪੈਸੇ ਨਹੀਂ ਮਿਲਦੇ, ਕੋਈ ਉਧਾਰ ਵੀ ਨਹੀਂ ਦਿੰਦਾ। ਚੱਲ ਪੁੱਤ ਮੈਂ ਤੇਰੇ ਪੱਟੀ ਕਰਵਾ ਕੇ ਲਿਆਉਂਦੀ ਹਾਂ। ਓਏ ਮੈਂ ਵੀ ਹਸਪਤਾਲ ਨੂੰ ਜਾਣਾ, ਕਹਿੰਦੇ ਉੱਥੇ ਅੱਜ ਡਾਕਟਰਾਂ ਨੇ ਮੁਫ਼ਤ ਚੈੱਕਅਪ ਕਰਨਾ ਤੇ ਮੁਫ਼ਤ ਦਵਾਈ ਦੇਣੀ ਆ। ਸੋਚ ਕੇ ਮੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ, ਦੱਸ ਮੈਂ ਕੀ ਕਰਾਂ, ਕੁੱਤਿਆਂ ਨੇ ਕੱਚਾ ਰਾਤੀ ਪਾਲ ਸੁੱਟਿਆ, ਦੱਸ ਮੈਂ ਕੀ ਕਰਾਂ। ਤਾਰੋ ਤੂੰ ਕਿੱਥੇ ਚੱਲੀ ਐ? ਬੇ ਟੱਠੇ ਖੂਹ ਚ, ਤੂੰ ਮੇਰਾ ਪਿੱਛਾ ਛੱਡ ਤੇ ਦਫਾ ਹੋ। ਤਾਰੋ ਕਿਸੇ ਗੱਲ ਦੀ ਹੱਦ ਵੀ ਹੁੰਦੀ ਐ, ਤੂੰ ਖਾਂਦੀ ਪੀਂਦੀ ਵੀ ਮੌਤ ਨੂੰ ਮਾਸੀ ਆਖਦੀ ਐ, ਮੈਨੂੰ ਤੇਰਾ ਦਿਮਾਗ ਠੀਕ ਕਰਨਾ ਪੈਣਾ। ਚੱਕੀ ਰਾਜੂ ਘੋਟਣਾ, ਮੈਂ ਤਾਂ ਦਿਮਾਗ ਠੀਕ ਕਰਦੀ ਆ। ਬੇ ਮੈਂ ਤਾਂ ਕਹਿੰਦੀ ਆ ਮੇਰਾ ਅੱਗਾ ਨਾ ਪਿੱਛਾ, ਮੈਂ ਚੱਲੀ ਆ ਹਸਪਤਾਲ ਨੂੰ। ਦੱਸੋ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ? ਜੀ ਸੇਵਾ ਵਾਲੀ ਕੋਈ ਗੱਲ ਨਹੀਂ, ਦਰਅਸਲ ਮੈਂ ਤੁਹਾਡੇ ਕੋਲ ਇੱਕ ਕੰਮ ਆਈ ਸੀ। ਦੱਸੋ ਜੀ। ਇਹ ਲੜਕੀ ਪੂਨਮ ਹੈ। ਠੀਕ ਸੀ ਗੱਲ। ਇਹ ਬਹੁਤ ਹੀ ਇਮਾਨਦਾਰ ਲੜਕੀ ਹੈ ਤੇ ਮੇਰੇ ਸਿਲਾਈ ਸੈਂਟਰ ਵਿੱਚ ਕੰਮ ਕਰਦੀ ਹੈ। ਦਰਅਸਲ ਮੈਂ ਹੀ ਸਲਾਹ ਦਿੱਤੀ ਸੀ ਕਿ ਥੋੜਾ ਬਹੁਤ ਲੋਨ ਲੈ ਕੇ ਘਰੇ ਕੋਈ ਕੰਮ ਸ਼ੁਰੂ ਕਰ ਲਵੇ, ਇਸੇ ਕਰਕੇ ਇਹਨੂੰ ਮੈਂ ਤੁਹਾਡੇ ਕੋਲ ਲੈ ਕੇ ਆਈ ਹਾਂ। ਬਹੁਤ ਵਧੀਆ ਗੱਲ ਹੈ। ਤਾਂ ਤੁਸੀਂ ਜੋ ਫਾਰਮੈਲਿਟੀਜ਼ ਨੇ ਇਹਨੂੰ ਦੱਸ ਦਿਓ ਤਾਂ ਕਿ ਆਪਣੇ ਪੈਰਾਂ ਤੇ ਖੜੀ ਹੋ ਸਕੇ। ਫਾਰਮੈਲਿਟੀ ਤਾਂ ਤੁਹਾਨੂੰ ਪਤਾ ਹੀ ਹੈ ਕਿ ਮੇਨ ਬੈਂਕ ਨੂੰ ਗਰੰਟੀ ਚਾਹੀਦੀ ਹੈ। ਜੀ ਗਰੰਟੀ ਵਾਲੀ ਗੱਲ ਤੁਸੀਂ ਛੱਡੋ, ਮੈਂ ਇਸ ਦੀ ਪੂਰੀ ਗਰੰਟੀ ਲੈਂਦੀ ਹਾਂ, ਜਿੱਥੇ ਵੀ ਸਾਈਨ ਹੋਣਗੇ ਮੈਂ ਕਰ ਦਿਆਂਗੀ। ਇਹ ਵੀ ਬਹੁਤ ਵਧੀਆ ਗੱਲ ਹੈ। ਇੱਕ ਗਰੰਟੀ ਤਾਂ ਤੁਹਾਡੀ ਆਪਣੀ ਹੋ ਗਈ, ਇੱਕ ਪਿੰਡ ਦੇ ਸਰਪੰਚ ਤੋਂ ਸਾਈਨ ਕਰਾ ਕੇ ਲਿਆਣੇ ਪੈਣਗੇ। ਜੀ ਉਹ ਵੀ ਹੋ ਜਾਣਗੇ। ਚਲੋ ਠੀਕ ਹੈ, ਬਹੁਤ ਵਧੀਆ, ਮੈਂ ਫਾਰਮ ਭਰ ਦਿੰਦਾ। ਠੀਕ ਹੈ ਜੀ। ਗੁਰਮੁਖ ਜਿਹੜਾ ਗੈਰ ਜਾਤੀ ਕਰਜ਼ੇ ਦੇ ਜਿਹੜੇ ਫਾਰਮ ਹੈ ਉਹ ਦੇ। ਤੁਹਾਡਾ ਨਾਮ? ਜੀ ਪੂਨਮ। ਪਤੀ ਦਾ ਨਾਮ? ਜੀ ਸਵਰਗਵਾਸੀ ਲੱਖਾ ਸਿੰਘ। ਪਿੰਡ? ਬੈਲੂਰ ਕਲਾ। ਲੋਨ ਕਿਸ ਵਾਸਤੇ ਤੁਸੀਂ ਲੈਣਾ? ਜੀ ਕੁਝ ਸਲਾਈ ਮਸ਼ੀਨਾਂ ਲੈਣੀਆਂ ਸੀ। ਕਿੰਨਾ ਚਾਹੀਦਾ ਟੋਟਲ? ਜੀ 50,000 ਤਾਂ ਹੋਣਾ ਹੀ ਚਾਹੀਦਾ ਘੱਟੋ ਘੱਟ। ਹੁਣ ਜੀ ਇਹ ਫਾਰਮ ਮੈਂ ਭਰ ਦਿੱਤਾ ਤੇ ਇਹਨਾਂ ਦੀ ਗਰੰਟੀ ਪਵਾ ਕੇ ਸਰਪੰਚ ਦੇ ਸਾਈਨ ਕਰਵਾ ਕੇ ਤੇ ਮੈਨੂੰ ਵਾਪਸ ਕਰ ਦੇਣਾ। ਠੀਕ ਹੈ ਤੇ ਤੁਸੀਂ ਆਪਣਾ ਅੰਗੂਠਾ ਇੱਥੇ ਲਾ ਦਿਓ। ਜੀ ਮੈਂ ਸਾਈਨ ਕਰ ਸਕਦੀ ਹਾਂ। ਅੱਛਾ ਜੀ, ਬਹੁਤ ਵਧੀਆ ਗੱਲ ਹੈ। ਮੈਨੇਜਰ ਸਾਹਿਬ ਤੁਹਾਡੇ ਮੁਤਾਬਿਕ ਇਸ ਕੰਮ ਨੂੰ ਕਿੰਨੀ ਕੁ ਦੇਰ ਲੱਗ ਜਾਏਗੀ? ਇਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਸਾਨੂੰ ਕਿੰਨੀ ਕੁ ਜਲਦੀ ਇਹ ਫਾਰਮੈਲਿਟੀਆਂ ਪੂਰੀਆਂ ਕਰਕੇ ਦਿੰਦੇ ਹੋ। ਠੀਕ ਹੈ ਜੀ। ਜਲਦੀ ਦੀ ਜਲਦੀ ਲਿਆਓ, ਅਸੀਂ ਤੁਹਾਡਾ ਕੰਮ ਕਰਾਂਗੇ। ਤੇ ਨੰਬਰ 1 ਤੁਹਾਡੇ 8 ਪਾਸਪੋਰਟ ਸਾਈਜ਼ ਫੋਟੋਆਂ ਵੀ ਚਾਹੀਦੀਆਂ। ਜੀ ਹੋ ਜਾਣਗੀਆਂ। ਕਿਸੇ ਗਸਟਡ ਅਫਸਰ ਦੀਆਂ ਟੈਸਟ ਕੀਤੀਆਂ ਹੋਈਆਂ। ਠੀਕ ਹੈ। ਠੀਕ ਹੈ ਜੀ। ਹਾਂ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਇਹ ਸ਼ੁਕਰੀਆ ਵਾਲੀ ਕੋਈ ਗੱਲ ਨਹੀਂ, ਤਾਂ ਸਾਡੀ ਡਿਊਟੀ ਹੈ ਜੀ। ਫਿਰ ਵੀ ਤੁਸੀਂ ਸਾਡੀ ਇੰਨੀ ਸੁਣੀ, ਬਹੁਤ ਬਹੁਤ ਧੰਨਵਾਦ। ਚਲੋ ਇਹ ਵੀ ਬਹੁਤ ਵਧੀਆ ਗੱਲ ਹੈ ਜੀ। ਦਿਖਦਾ ਨੀ ਤੈਨੂੰ? ਚੱਲ ਕੋਈ ਗੱਲ ਨੀ, ਦੇਖ ਲਿਆ ਕਰੋ ਵੀ ਕੱਲਿਆ ਹੁੰਦਾ ਕਿ ਢਿੱਲਿਆ ਹੁੰਦਾ। ਠੀਕ ਹੈ ਨਾ?
ਮਿੱਤਰਾਂ ਜੀ, ਨਵਾਂ ਸ਼ਹਿਰ ਬਲਾਕ ਦੇ ਪਿੰਡ ਬਹਿਲੂਰ ਕਲਾਂ ਦੇ ਸੰਬੰਧ ਵਿੱਚ ਸਾਖਰਤਾ ਦੀ ਤੁਹਾਡੀ ਕੀ ਰਿਪੋਰਟ ਹੈ? ਭਾਟੀਆ ਜੀ, ਪੂਰਨ ਸਾਖਰਤਾ ਮੁਹਿੰਮ 'ਚ ਇਹ ਪਿੰਡ ਜਿਹੜਾ 65% ਸਾਖਰ ਹੋ ਗਿਆ ਸੀ। ਹੁਣ ਉੱਤਰ ਸਾਖਰਤਾ ਲਹਿਰ ਦੇ ਵਿੱਚ ਉਸ ਪਿੰਡ ਦੀ ਇੱਕ ਨੂੰਹ ਹੈ ਪੂਨਮ, ਉਹਦੀ ਮਿਹਨਤ ਸਦਕਾ ਇਹ ਪਿੰਡ ਅਸੀਂ 100% ਸਾਖਰ ਕਰਨ ਦੇ ਯੋਗ ਹੋ ਗਏ ਹਾਂ। ਅਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਉਸ ਕੁੜੀ ਦੇ ਯੋਗਦਾਨ ਸਦਕਾ ਅਸੀਂ ਆਸੇ ਪਾਸੇ ਦੇ ਪਿੰਡਾਂ ਨੂੰ ਵੀ ਕੋਈ ਗਾਈਡਲਾਈਨਸ ਦੇ ਸਕਾਂਗੇ। ਭਾਟੀਆ ਜੀ, ਪੂਨਮ ਨੇ ਤਾਂ ਸੱਚਮੁੱਚ ਕਮਾਲ ਕਰ ਦਿੱਤੀ। ਜੇ ਪਿੰਡ 100% ਹੋਇਆ ਤਾਂ ਉਸਦੀ ਬਦੌਲਤ ਨਾ ਹੀ ਹੋਇਆ ਹੈ, ਜੋ ਕਿ ਹੁਣ ਉਹ ਬਲੂਰ ਕਲਾਂ ਦੀ ਪਿੰਡ ਕੋਆਰਡੀਨੇਟਰ ਹੈ। ਮੈਂ ਭਾਟੀਆ ਜੀ ਸਲਾਹ ਦੇਵਾਂਗਾ ਕਿ ਆਪਾਂ ਕੋਈ ਅਜਿਹਾ ਪ੍ਰੋਗਰਾਮ ਉਲੀਕੀਏ ਜਿਹੋ ਜਿਹਾ ਉਸ ਨੂੰ ਰਾਣੀ ਦਾ ਕੰਮ ਹੈ ਉਸ ਪਿੰਡ ਦੇ ਵਿੱਚ, ਅਤੇ ਉਹਦਾ ਕੋਈ DC ਸਾਹਿਬ ਨਾਲ SDM ਸਾਹਿਬ ਨਾਲ ਵਿਚਾਰ ਕਰਕੇ ਕੋਈ ਸਨਮਾਨ ਸਮਾਗਮ ਰਚੀਏ ਉੱਥੇ। ਦੇਖੋ ਸਾਰੇ ਦੋਸਤੋ, ਜੇ ਅਸੀਂ ਸਾਰੇ ਜ਼ਿਲ੍ਹੇ ਦੇ 100% ਪਿੰਡਾਂ ਦੇ ਵਿੱਚੋਂ ਪਹਿਲੀ ਪਿਰਤ ਜਿਹੜੀ ਅਸੀਂ ਬਹਿਲੂਰ ਕਲਾਂ ਤੋਂ ਸ਼ੁਰੂ ਕਰ ਦੇਈਏ ਤਾਂ ਸੱਚਮੁੱਚ ਇਸ ਕੁੜੀ ਦਾ ਬਹੁਤ ਵੱਡਾ ਆਦਰ ਸਤਿਕਾਰ ਹੋਵੇਗਾ। ਪਰਮ ਸਤਿਕਾਰਯੋਗ ਡਿਪਟੀ ਕਮਿਸ਼ਨਰ ਸਰਦਾਰ ਜਗਜੀਤ ਸਿੰਘ ਅਤੇ SDM ਸਾਹਿਬ, ਅੱਜ ਅਸੀਂ ਉਸ ਮਹਾਨ ਸ਼ਖਸੀਅਤ ਦਾ ਸਨਮਾਨ ਕਰਨ ਜਾ ਰਹੇ ਹਾਂ ਜਿਸ ਬੀਬੀ ਨੇ ਇੱਕ ਸਧਾਰਨ ਜਿਹੇ ਪਿੰਡ ਦੇ ਵਿੱਚੋਂ ਉੱਠ ਕੇ ਆਪਣੇ ਗਰੀਬੀ ਹੰਢਾ ਕੇ ਔਰ ਉਸ ਗਰੀਬੀ ਦੇ ਅਹਿਸਾਸ ਤੋਂ, ਆਪਣੀ ਅਨਪੜ੍ਹਤਾ ਤੋਂ ਜਾਗਰੂਕ ਹੋ ਕੇ ਔਰ ਸਾਖਰਤਾ ਕੇਂਦਰ ਦੇ ਵਿੱਚ ਆ ਕੇ ਪੜ੍ਹਨ ਤੋਂ ਉਪਰੰਤ ਆਪ ਇੱਕ ਸਾਖਰਤਾ ਸੇਵਕ ਬਣਨ ਪਿੱਛੋਂ ਆਪਣੇ ਪਿੰਡ ਅਤੇ ਇਲਾਕੇ ਦੇ ਵਿੱਚ ਅਜਿਹਾ ਯੋਗਦਾਨ ਪਾਇਆ ਕਿ ਜਿਹਦੀ ਬਦੌਲਤ ਅੱਜ ਅਸੀਂ ਉਹਦਾ ਸਨਮਾਨ ਕਰਨ ਜਾ ਰਹੇ ਹਾਂ। ਮੈਂ ਬੇਨਤੀ ਕਰਾਂਗਾ ਸਰਦਾਰ ਪ੍ਰੀਤਮ ਸਿੰਘ ਜੌਹਲ SDM ਨਵਾਂਸ਼ਹਿਰ ਜੀ ਨੂੰ ਕਿ ਉਹ ਅੱਜ ਦੇ ਇਸ ਸਨਮਾਨ ਸਮਾਰੋਹ ਦੇ ਸੰਬੰਧ ਦੇ ਵਿੱਚ ਬੀਬੀ ਪੂਨਮ ਜੀ ਦੇ ਬਾਰੇ 'ਚ ਕੁਝ ਆਪਣੇ ਸ਼ਬਦ ਕਹਿਣ। ਮੈਂ ਇਹ ਬੀਬੀ ਪੂਨਮ ਨੂੰ ਬਚਪਨ ਤੋਂ ਹੀ ਜਾਣਦਾ ਹੈ, ਮੈਨੂੰ ਹਲੇ ਤੱਕ ਇਹਦੀ ਤਸਵੀਰ ਯਾਦ ਆ। ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ, ਪਾਟੇ ਜੇ ਮੈਲੇ ਜੇ ਕੱਪੜੇ ਘੁੰਮਦੀ ਹੁੰਦੀ ਸੀ। ਅਨਪੜ੍ਹਤਾ ਕਰਕੇ ਵਿਚਾਰੀ ਦਰ ਦਰ ਭਟਕਦੀ ਰਹੀ, ਬੜੇ ਕਸ਼ਟ ਚੱਲੇ। ਇਹ ਸਮਾਜ ਵਿੱਚ ਸਮਾਜ ਦੇ ਦੁਸ਼ਮਣਾਂ ਨੇ ਇਹਨੂੰ ਇਹਦੀ ਅਨਪੜ੍ਹਤਾ ਦਾ ਨਜਾਇਜ਼ ਫਾਇਦਾ ਉਠਾਇਆ ਅਤੇ ਇਹਦੇ ਨਾਲ ਕਈ ਤਰ੍ਹਾਂ ਦੀਆਂ ਠੱਗੀਆਂ ਮਾਰੀਆਂ, ਜਿਸ ਕਰਕੇ ਵਿਚਾਰੀ ਇਹਨੂੰ ਆਪਦੇ ਜੇਵਰ ਤੱਕ ਵੇਚਣੇ ਪਏ। ਉਸ ਤੋਂ ਬਾਅਦ ਵਿਚਾਰੀ ਦੀ ਅਨਪੜ੍ਹਤਾ ਕਰਕੇ ਹੀ ਕੁਛ ਨਾ ਜਾਣਦੀ ਹੋਈ ਆਪਦੇ ਪਤੀ ਦੀ ਬਿਮਾਰੀ ਵਿੱਚ ਵੀ ਇਹ ਇਲਾਜ ਨਾ ਠੀਕ ਕਰਵਾ ਸਕੀ ਅਤੇ ਸ਼ਾਹਜਕਾਰ ਦੇ ਸ਼ਿਕੰਜੇ ਵਿੱਚ ਆ ਗਈ, ਤਾਂ ਵਿਚਾਰੀ ਪਤੀ ਵੀ ਗੁਆ ਬੈਠੀ। ਉਸ ਤੋਂ ਬਾਅਦ ਇਹਨਾਂ ਨੂੰ ਇੱਕ ਚਾਨਣ ਦਿਖਾਇਆ ਕਿਸੇ ਬੀਬੀ ਨੇ, ਤਾਂ ਇਹਨੇ ਸਾਖਰਤਾ ਕੇਂਦਰ ਵਿੱਚ ਗਈ, ਸਿੱਖਿਆ ਲਈ, ਸਰਕਾਰ ਦੀਆਂ ਸਕੀਮਾਂ ਦਾ ਫਾਇਦਾ ਉਠਾਉਂਦੇ ਹੋਏ ਕਰਜ਼ਾ ਲਿਆ, ਆਪਣੇ ਪੈਰਾਂ 'ਤੇ ਖੜ੍ਹਾ ਹੋ ਕੇ ਇਹ ਬੀਬੀ ਨੇ ਇੰਨਾ ਕੰਮ ਚੰਗਾ ਕੀਤਾ ਜਿੱਥੇ ਆਪ ਹੀ ਪੈਰਾਂ 'ਤੇ ਖੜ੍ਹੇ ਹੋ ਗਏ, ਆਪਦੇ ਬੱਚਿਆਂ ਦੀ ਵੀ ਐਜੂਕੇਸ਼ਨ ਵੀ ਦਿੰਦੀ ਆ, ਨਾਲ ਹੋਰ ਬੀਬਿਆਂ ਨੂੰ ਵੀ ਰੁਜ਼ਗਾਰ ਦਿੱਤਾ। ਮੈਂ ਤਾਂ ਇਹੀ ਕਹਿਣਾ ਸਾਰੇ ਬੀਬੀਆਂ ਹੋਰਾਂ ਨੂੰ ਵੀ, ਇਸ ਬੀਬੀ ਨੂੰ ਸਿੱਖੋ ਤਾਂ ਕਿ ਤੁਸੀਂ ਇਹ ਸਮਾਜ ਵਿੱਚ ਤਬਦੀਲੀ ਲਿਆ ਕੇ ਜਿੱਥੇ ਆਪ ਆਪਣੇ ਪੈਰਾਂ 'ਤੇ ਖੜ੍ਹਾ ਹੋ ਕੇ ਇਹ ਜਿਹੜੀ ਆ ਵਿੱਦਿਆ ਦਾ ਚਾਨਣ ਫੈਲਾ ਕੇ ਅਨਪੜ੍ਹਤਾ ਦੇ ਅੰਧੇਰ 'ਚੋਂ ਆਪਾਂ ਸਮਾਜ ਨੂੰ ਕੱਢ ਕੇ ਪੰਜਾਬ ਨੂੰ ਅਤੇ ਭਾਰਤ ਨੂੰ ਖੁਸ਼ਹਾਲ ਬਣਾਈਏ। ਧੰਨਵਾਦ। ਮੈਂ ਬੇਨਤੀ ਕਰਾਂਗਾ ਮਾਣਯੋਗ ਸਰਦਾਰ ਜਗਜੀਤ ਸਿੰਘ ਜੀ, ਡਿਪਟੀ ਕਮਿਸ਼ਨਰ ਨਵਾਂਸ਼ਹਿਰ ਕਮ ਚੇਅਰਮੈਨ ਜ਼ਿਲ੍ਹਾ ਸਾਖਰਤਾ ਸਮਿਤੀ ਨਵਾਂਸ਼ਹਿਰ ਜੀ ਨੂੰ ਕਿ ਉਹ ਬੀਬੀ ਪੂਨਮ ਜੀ ਦਾ ਸਨਮਾਨ ਕਰਨ ਤੋਂ ਪਹਿਲਾਂ ਬੀਬੀ ਪੂਨਮ ਦੀ ਦੇਣ ਦੇ ਸੰਬੰਧ ਦੇ ਵਿੱਚ ਕੁਝ ਸ਼ਬਦ ਆਖਣ। ਮਾਣਯੋਗ ਸਰਦਾਰ ਜਗਜੀਤ ਸਿੰਘ ਜੀ, ਚੇਅਰਮੈਨ ਕਮ ਡਿਪਟੀ ਕਮਿਸ਼ਨਰ ਨਵਾਂਸ਼ਹਿਰ। ਸਰਦਾਰ ਜਗਜੀਤ, ਪਿਆਰੇ ਭੈਣੋ ਅਤੇ ਭਾਈਓ, ਬੱਚਿਓ, ਅੱਜ ਇਸ ਸਮਾਗਮ ਵਿੱਚ ਆ ਕੇ ਮੈਨੂੰ ਬਹੁਤ ਪ੍ਰਸੰਨਤਾ ਹੋਈ ਹੈ। ਬੀਬੀ ਪੂਨਮ ਬਾਰੇ ਕਾਫੀ ਕੁਛ ਕਿਹਾ ਜਾ ਚੁੱਕਿਆ। ਇਹ ਪੂਨਮ ਹੁਣ ਤੁਹਾਡੇ ਪਿੰਡ ਦੀ ਪੂਨਮ ਨਹੀਂ ਰਹੀ, ਬਲਕਿ ਪੰਜਾਬ ਦੀ ਪੂਨਮ ਬਣ ਗਈ ਹੈ। ਤੁਸੀਂ ਵੀ ਅਜਿਹੀਆਂ ਪੂਨਮਾਂ ਬਣ ਸਕਦੇ ਹੋ। ਜ਼ਰੂਰਤ ਹੈ ਆਪਣੇ ਵਿੱਚ ਲਗਨ ਅਤੇ ਮਿਹਨਤ ਪੈਦਾ ਕਰਨ ਦੀ, ਔਰ ਬੀਬੀ ਪੂਨਮ ਦੀ ਮਿਸਾਲ ਤੁਹਾਡੇ ਸਾਹਮਣੇ ਹੈ। ਨਾ ਸਿਰਫ ਇਸਨੇ ਸਾਖਰਤਾ ਕੇਂਦਰ ਵਿੱਚ ਜਾ ਕੇ ਆਪ ਹੀ ਪੜ੍ਹਾਈ ਕੀਤੀ, ਬਲਕਿ ਇੱਕ ਸਾਖਰ ਸੇਵਕ ਤੋਂ ਬਾਅਦ ਕੋਆਰਡੀਨੇਟਰ ਬਣ ਕੇ ਹੁਣ ਤੁਹਾਡੇ ਦਰਮਿਆਨ ਤੁਹਾਡੇ ਪਿੰਡਾਂ ਦੀ ਸੇਵਾ ਕਰ ਰਹੀ ਹੈ। ਔਰ ਇਸੇ ਤਰ੍ਹਾਂ ਹੀ
ਸਾਡੇ ਜ਼ਿਲ੍ਹੇ ਦੀ ਸੇਵਾ ਕਰਦੇ ਰਹਿਣਗੇ। ਇਹਨਾਂ ਸ਼ਬਦਾਂ ਨਾਲ ਮੈਂ ਇੱਕ ਵਾਰੀ ਫਿਰ ਖੁਸ਼ੀ ਦਾ ਆਭਾਰ ਕਰਦਾ ਹੋਇਆ ਆਪਣੇ ਜ਼ਿਲ੍ਹੇ ਵੱਲੋਂ ਬੀਬੀ ਪੂਨਮ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਜੈ ਹਿੰਦ। ਮੈਂ ਬੇਨਤੀ ਕਰਾਂਗਾ ਕਿ ਬੀਬੀ ਪੂਨਮ ਸਾਡੇ ਮਾਣਯੋਗ ਅੱਜ ਦੇ ਮੁੱਖ ਮਹਿਮਾਨ ਸਰਦਾਰ ਜਗਜੀਤ ਸਿੰਘ ਜੀ, ਚੇਅਰਮੈਨ ਕਮ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਜੀ ਤੋਂ ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰਨ। ਬੀਬੀ ਪੂਨਮ, ਸਾਰਿਆਂ ਨੇ ਮੈਨੂੰ ਦਿੱਤਾ ਹੈ, ਇਸ ਲਈ ਮੈਂ ਆਪ ਸਭ ਦੀ ਬਹੁਤ ਬਹੁਤ ਧੰਨਵਾਦੀ ਹਾਂ। ਇਹ ਸਨਮਾਨ ਹੈ ਵਿੱਦਿਆ ਦਾ, ਪੜ੍ਹਾਈ ਦਾ, ਸਾਖਰਤਾ ਦਾ। ਜੋ ਕੋਈ ਵੀ ਸਾਖਰਤਾ ਦੀ ਮਹਾਨਤਾ ਸਮਝਦਾ ਹੈ, ਸਾਖਰਤਾ ਉਸਨੂੰ ਕਈ ਗੁਣਾ ਜ਼ਿਆਦਾ ਮਹਾਨਤਾ ਦਿੰਦੀ ਹੈ। ਆਖਰ ਵਿੱਚ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਪਿੰਡ ਵਾਲਿਆਂ ਨੂੰ ਕਿ ਸਾਖਰਤਾ ਦੇ ਕਾਫਲੇ ਇਸ ਤਰ੍ਹਾਂ ਹੀ ਚਲਾਉਂਦੇ ਰਹੋ ਜਦ ਤੱਕ ਇਸ ਪਿੰਡ ਦੇ ਹਰ ਇੱਕ ਘਰ ਦੀ ਇੱਕ ਇੱਕ ਦਹਿਲੀਜ਼ 'ਤੇ ਸਾਖਰਤਾ ਦਾ ਦੀਵਾ ਨਹੀਂ ਜਲਦਾ। ਤੈਨੂੰ ਮੈਂ ਸਮਝਾਵਾਂ ਬੇਲੀ ਬੈਨਾ, ਮਤ ਗਵਾਵਾਂ ਚੁੱਲ੍ਹਾ ਚੌਂਕਾ ਕਰਦੀ ਜਾਵਾਂ, ਨਾਲ ਨਾਲ ਮੈਂ ਪੜ੍ਹਦੀ ਜਾਵਾਂ। ਬੇਈ ਹੁਣ ਜਾਗੋ ਆਈਆ, ਬੇਈ ਹੁਣ ਜਾਗੋ ਆਈਆ, ਬੇਈ ਹੁਣ ਜਾਗੋ ਆਈਆ।